हाँ जी ते सत श्री अकाल जी। दोस्तों इस समय जिथे किसानी अंदोलन जोरां ते चल रहा है उत्थे दूजे पासे पंजाबी म्यूजिक इंडस्ट्री विच कुछ वापस तो हलचल होनी शुरू हो गई है जिथे कलाकारां ने एक दूजे नूं फिर तो एक बार रिप्लाई देने शुरू कर दिते हन। तां दोस्तों अज दी इस वीडियो विच कुछ अपडेट्स तुहाडे नाल पंजाबी म्यूजिक इंडस्ट्री नाल जुड़े हुए सांझे करन जा रहे हां जो कि सिद्धू मूसे वाले बारे करण औजला अते अमृत मान बारे होण वाले हन। तां दोस्तों जेकर तुसीं वी सिद्धू मूसे वाले दे कट्टड़ फैन हो तां इस वीडियो नूं लाइक करन दे नाल नाल इस नूं वध तों वध शेयर जरूर कर देना। सब तों पहलां गल कर लैणे आ पंजाबी म्यूजिक इंडस्ट्री दे भगदे मुद्दे दी जो कि करण औजला दी एक इंटरव्यू देण तों बाद शुरू हो गया। असल विच जी पंजाबी दे शो दिल दीआं गल्लां विच सोनम बाजवा विच हाल ही विच करण औजला दिखाई दित्ते अते उन्हां ने अपने दिल दीआं गल्लां लोकां नाल शो दौरान सांझीआं कीतीआं सन। इत्थे ही सोनम बाजवा करण औजला नूं सवाल पुछदी है जो कि बवाल बन जांदा है। इह सोनम बाजवा करण औजला नूं पुछदी है कि उह किहड़े सिंगर कोलों किहड़ी क्वालिटी लैणा चाहुंदा है। इत्थे जदों जानी दा नाम लिया जांदा है तां करण औजला जवाब दिंदा है शायरी, यानी कि उह जानी दी शायरी उस नूं बहुत पसंद है। दूसरा नाम लैंदी है सतिंदर सरताज तां उह कहिंदा है कि सतिंदर सरताज दी पॉजिटिविटी उहनां नूं बहुत चंगी लगदी है। तीसरे नंबर ते सोनम बाजवा अमृत मान दा नाम लै लैंदी है जिस ते करण औजला रिप्लाई दिंदा है कि ओह अमृत मान कोलों कुछ भी नहीं लैणा चाहुंदा। जिस तों बाद सोशल मीडिया ते एक क्लिप बहुत ज़्यादा वायरल हुंदी है अते अमृत मान इस गल दा रिप्लाई दिंदियां सोशल मीडिया उपरों एक पोस्ट सांझी करदा है जिस दी कैप्शन च लिखिया होया हुंदा है कल दे जवाक रिप्लाई भाल दे मुच्छां दी ग्रोथ लई दवाई भाल दे। ਅਤੇ ਇਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਕਰਨ ਔਜਲਾ ਹੀ ਇੰਸਟਾਗ੍ਰਾਮ ਦੇ ਉੱਪਰੋਂ ਇੱਕ ਸਟੋਰੀ ਸਾਂਝੀ ਕਰਦਿਆਂ ਇੱਕ ਲਾਲ ਮਿਰਚ ਦੀ ਤਸਵੀਰ ਸਾਂਝੀ ਕਰਦਾ ਹੈ ਜਿਸ ਵਿੱਚ ਉਹਨੇ ਲਿਖਿਆ ਹੋਇਆ ਹੈ ਲੜ ਗਈ, ਮਤਲਬ ਕਿ ਅੰਮ੍ਰਿਤ ਮਾਨ ਨੂੰ ਮਿਰਚ ਲੜ ਗਈ। ਫਿਰ ਤੋਂ ਅੰਮ੍ਰਿਤ ਮਾਨ ਨੇ ਵੀ ਕਰਨ ਔਜਲਾ ਨੂੰ ਰਿਪਲਾਈ ਕਰਦਿਆਂ ਲਿਖਿਆ ਗੀਤ ਲੱਗਦਾ ਸੱਚੀ ਉੱਲ ਫਾੜੇ ਵਾਂਗ ਵੱਜ ਰਹੇ ਆ ਜਵਾਕਾਂ ਦੇ। ਇਹਨਾਂ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਜਦੋਂ ਕਰਨ ਔਜਲਾ ਉੱਪਰ ਉੱਠ ਰਿਹਾ ਸੀ ਅਤੇ ਅੰਮ੍ਰਿਤ ਮਾਨ ਨਾਲ ਫੋਟੋ ਖਿਚਵਾਈ ਸੀ ਅਤੇ ਉਹ ਫੋਟੋ ਵਾਇਰਲ ਹੋ ਰਹੀ ਹੈ ਤਾਂ ਨਾਲ ਹੀ ਅੰਮ੍ਰਿਤ ਮਾਨ ਦੇ ਗਾਣੇ ਦੀ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ ਜਿਸ ਵਿੱਚ ਕਰਨ ਔਜਲਾ ਬੈਕਗ੍ਰਾਉਂਡ ਡਾਂਸਰਸ ਦੇ ਵਿੱਚ ਖਲੋਤਾ ਹੋਇਆ ਨਜ਼ਰ ਆ ਰਿਹਾ ਹੈ। ਅੰਮ੍ਰਿਤ ਮਾਨ ਕੁਝ ਵੀ ਨਹੀਂ ਅਤੇ ਦੋਸਤੋ ਗੱਲ ਕਰੀਏ ਸਿੱਧੂ ਮੂਸੇਵਾਲੇ ਦੀ ਤਾਂ ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਫੀਚਰਡ ਜਤਿੰਦਰ ਗਾਗੋਵਾਲ ਦਾ ਗਾਣਾ 9-11 ਰਿਲੀਜ਼ ਕੀਤਾ ਗਿਆ। ਦੂਜੇ ਪਾਸੇ ਹੁਣ ਸਿੱਧੂ ਮੂਸੇਵਾਲਾ ਆਪਣੇ ਅਗਲੇ ਪ੍ਰੋਜੈਕਟਸ ਲਈ ਵੀ ਤੇਜ਼ੀ ਨਾਲ ਅੱਗੇ ਵੱਧਦਾ ਦਿਖਾਈ ਦੇ ਰਿਹਾ ਹੈ ਜਿੱਥੇ ਹੁਣ ਸਿੱਧੂ ਮੂਸੇਵਾਲਾ ਅਗਲੀ ਸ਼ੂਟਿੰਗ ਲਈ ਦੁਬਈ ਪਹੁੰਚ ਗਿਆ ਹੈ ਅਤੇ ਹੁਣ ਸਿੱਧੂ ਮੂਸੇਵਾਲੇ ਦੀਆਂ ਦੁਬਈ ਦੀਆਂ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਯਾਨੀ ਕਿ ਹੁਣ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦੀ ਸ਼ੂਟਿੰਗ ਦੁਬਈ ਵਿੱਚ ਹੋ ਰਹੀ ਹੈ ਜਿੱਥੇ ਇਹ ਵੀਡੀਓਜ਼ ਬਹੁਤ ਵਾਇਰਲ ਹੋ ਰਹੀਆਂ ਹਨ। ਬਹੁਤ ਵੱਡੀਆਂ ਵੱਡੀਆਂ ਗੱਡੀਆਂ ਵੀ ਇਸ ਗੀਤ ਵਿੱਚ ਦਿਖਾਈ ਦੇ ਸਕਦੀਆਂ ਹਨ ਅਤੇ ਇੱਕ ਗੱਡੀ ਦੀ ਫੋਟੋ ਤਾਂ ਸਿੱਧੂ ਮੂਸੇਵਾਲੇ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵੀ ਸਾਂਝੀ ਕੀਤੀ ਹੈ ਅਤੇ ਨਾਲ ਹੀ ਪੰਜਾਬੀ ਮਿਊਜ਼ਿਕ ਕੰਪੋਜ਼ਰ ਗੋਲਡ ਬੁਆਏ ਪ੍ਰੋ ਨੇ ਸਿੱਧੂ ਮੂਸੇਵਾਲੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਸਦੇ ਫੋਟੋ ਦੇ ਕੈਪਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਪਹਿਲਾ ਗਾਣਾ ਐਜ਼ ਆ ਲਿਰਿਸਿਸਟ ਬਾਈ ਦਾ ਆਇਆ ਸੀ ਨਿੰਜਾ ਨਾਲ, ਯਾਨੀ ਕਿ ਲਾਇਸੈਂਸ ਗਾਣਾ ਸਿੱਧੂ ਮੂਸੇਵਾਲੇ ਨੇ ਨਿੰਜਾ ਨੂੰ ਲਿਖ ਕੇ ਦਿੱਤਾ ਸੀ ਅਤੇ ਉਹ ਸਿੱਧੂ ਮੂਸੇਵਾਲੇ ਦੁਆਰਾ ਲਿਖਿਆ ਗਿਆ ਪਹਿਲਾ ਗਾਣਾ ਸੀ ਜੋ ਕਿ ਕਾਫੀ ਜ਼ਿਆਦਾ ਹਿੱਟ ਰਿਹਾ ਸੀ। ਕਿ ਉਹਨਾਂ ਨੇ ਲਿਖਿਆ ਕਿ ਵਾਹਿਗੁਰੂ ਨੇ ਮਿਹਰ ਕੀਤੀ ਅੱਜ ਸਿੱਧੂ ਸਿੱਧੂ ਆ, ਮਿਹਨਤ ਹਾਰਡਵਰਕ ਸਭ ਕੁਛ ਆ। ਯਾਨੀ ਕਿ ਸਿੱਧੂ ਦਾ ਇੱਕ ਨਵਾਂ ਗਾਣਾ ਗੋਲਡ ਬੁਆਏ ਪ੍ਰੋ ਨਾਲ ਵੀ ਆ ਸਕਦਾ ਜੋ ਕਿ ਹਨੀ ਸਿੰਘ ਦੇ ਗਾਣਿਆਂ ਦਾ ਵੀ ਕੰਪੋਜ਼ਰ ਹੈ। ਤੁਸੀਂ ਸਿੱਧੂ ਦੇ ਇਸ ਗਾਣੇ ਲਈ ਕਿੰਨੇ ਕੁ ਐਕਸਾਈਟਿਡ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ। ਹਾਂਜੀ ਤਾਂ ਦੋਸਤੋ ਇੰਨਾ ਹੀ ਸੀ ਅੱਜ ਦੀ ਇਸ ਵੀਡੀਓ ਵਿੱਚ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਜਾਂ ਫਿਰ ਤੁਸੀਂ ਸਿੱਧੂ ਮੂਸੇਵਾਲੇ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਹੋਰਨਾਂ ਸਿੱਧੂ ਮੂਸੇਵਾਲੇ ਦੇ ਫੈਨਸ ਤੱਕ ਇਹ ਵੀਡੀਓ ਪਹੁੰਚ ਸਕੇ। ਤਾਂ ਦੋਸਤੋ ਹੋਰ ਜਾਣਕਾਰੀ ਲਈ ਅਤੇ ਲੇਟੈਸਟ ਅਪਡੇਟਸ ਲਈ ਤੁਸੀਂ ਤੁਹਾਡੇ ਆਪਣੇ ਚੈਨਲ ਕਾਊਂਟਡਾਊਨ ਪੰਜਾਬੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਨਾਲ ਹੀ ਨੋਟੀਫਿਕੇਸ਼ਨ ਬੈਲ ਜ਼ਰੂਰ ਆਨ ਕਰ ਲੈਣਾ ਤਾਂ ਜੋ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅਤੇ ਸਾਡੀ ਸਪੋਰਟ ਜ਼ਰੂਰ ਕਰਨਾ।